ਇਸਲਈ ਜੇ ਆਪਾਂ ਗੱਲ ਕਰੀਏ ਤਿੰਨ ਚਾਰ ਦਿਨਾਂ ਤੋਂ ਕਾਫੀ ਜਿਹੜਾ ਗਰਮੀ ਦਾ ਕਹਿਰ ਇੱਕ ਵਾਰ ਫਿਰ ਤੋਂ ਦੇਖਣ ਨੂੰ ਮਿਲ ਰਿਹਾ ਸੀਗਾ ਔਰ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਇਹ ਜਿਹੜਾ ਹੈਗਾ ਕਾਫੀ ਗਰਮੀ 38 ਕਹਿ ਸਕਦੇ ਕਿ 2009 ਤੋਂ ਬਾਅਦ ਇਸ ਵਾਰ ਇਸ ਮਹੀਨੇ ਦੇ ਵਿੱਚ ਯਾਨੀ ਕਿ ਕਹਿ ਸਕਦੇ ਸਪਟੈਂਬਰ ਦਾ ਲਾਸਟ ਚੱਲ ਰਿਹਾ ਔਰ ਇਸ ਮਹੀਨੇ ਦੇ ਵਿੱਚ ਗਰਮੀ ਵੇਖਣ ਨੂੰ ਮਿਲ ਰਹੀ ਸੀ ਲੇਕਿਨ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਅੱਜ ਯਾਨੀ ਕਿ 25-26 ਨੂੰ ਮੌਸਮ ਜਿਹੜਾ ਹੈ ਉਹ ਕਾਫੀ ਸੁਹਾਵਣਾ ਹੋਣ ਵਾਲਾ ਹੈ ਤੇ ਟੈਂਪਰੇਚਰ ਡਾਊਨ ਜਾਏਗਾ। ਹਾਲਾਂਕਿ ਅੱਜ ਸਵੇਰ ਤੋਂ ਹੀ ਤੇਜ਼ ਬਰਸਾਤ ਦੇਖਣ ਨੂੰ ਮਿਲ ਰਹੀ ਹੈ। ਚੰਡੀਗੜ੍ਹ ਦੇ ਨਾਲ ਨਾਲ ਪੰਜਾਬ ਦੇ ਕਈ ਜ਼ਿਲ੍ਹੇ ਨੇ ਔਰ ਹਰਿਆਣਾ ਦੇ ਕਈ ਜ਼ਿਲ੍ਹੇ ਨੇ ਜਿਹਦੇ ਵਿੱਚ ਸਵੇਰ ਤੋਂ ਹੀ ਤੁਸੀਂ ਮੌਸਮ ਦੇਖੋ ਕਿੰਨਾ ਸੁਹਾਵਣਾ ਹੋਇਆ ਹੋਇਆ। ਚੰਡੀਗੜ੍ਹ ਦੀ ਇਹ ਤਸਵੀਰਾਂ ਨੇ ਜਿੱਥੇ ਸਵੇਰ ਤੋਂ ਹੀ ਜਿਹੜਾ ਮੀਂਹ ਪੈ ਰਿਹਾ ਹੈ। ਹਾਲਾਂਕਿ ਟ੍ਰੈਫਿਕ ਜਾਮ ਦੀ ਜਿਹੜੀ ਸਿਚੁਏਸ਼ਨ ਹੈ ਉਹ ਜ਼ਰੂਰ ਵੇਖਣ ਨੂੰ ਮਿਲੀ ਸਵੇਰੇ ਸਵੇਰੇ ਕਿਉਂਕਿ ਸਕੂਲ ਦਾ ਟਾਈਮ ਹੁੰਦਾ ਹੈ, ਦਫ਼ਤਰਾਂ ਦਾ ਸਮਾਂ ਹੁੰਦਾ ਹੈ ਔਰ ਕਿਸ ਕਰਕੇ ਕਿਉਂਕਿ ਜੇਕਰ ਮੀਂਹ ਪੈ ਰਿਹਾ ਤਾਂ ਕਿਤੇ ਨਾ ਕਿਤੇ ਜਿਹੜੀ ਰਫ਼ਤਾਰ ਹੈ ਉਹ ਵੀ ਘੱਟ ਜਾਂਦੀ ਹੈ। ਇਸ ਕਰਕੇ ਟ੍ਰੈਫਿਕ ਜਾਮ ਦੀ ਜਿਹੜੀ ਸਿਚੁਏਸ਼ਨ ਹੈ ਉਹ ਜ਼ਰੂਰ ਚੰਡੀਗੜ੍ਹ ਟ੍ਰਾਈ ਸਿਟੀ ਦੇ ਵਿੱਚ ਦੇਖਣ ਨੂੰ ਮਿਲੀ। ਲੇਕਿਨ ਦੂਜੇ ਪਾਸੇ ਜੇ ਅਸੀਂ ਗੱਲ ਕਰ ਲਈਏ ਮੌਸਮ ਦਾ ਮਿਜ਼ਾਜ ਲਗਾਤਾਰ ਬਦਲਿਆ ਤੇ ਸੁਹਾਵਣਾ ਜਿਹੜਾ ਉਹ ਹੋ ਰਿਹਾ। ਹਾਲਾਂਕਿ ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਸਮੇਂ 'ਚ ਯਾਨੀ ਕਿ ਹੁਣ ਟੈਂਪਰੇਚਰ 'ਚ ਗਿਰਾਵਟ ਹੋਏਗੀ, ਮੌਸਮ ਜਿਹੜਾ ਹੁਣ ਕਾਫੀ ਜਿਹੜਾ ਸੁਹਾਵਣਾ ਹੋਏਗਾ, ਗਰਮੀ ਤੋਂ ਰਾਹਤ। ਸਭ ਤੋਂ ਇਹਦੇ ਵਿੱਚ ਅਹਿਮ ਗੱਲ ਹੈ ਕਿ ਗਰਮੀ ਤੋਂ ਰਾਹਤ ਜ਼ਰੂਰ ਮਿਲਣ ਵਾਲੀ ਹੈ ਆਉਣ ਵਾਲੇ ਸਮਾਂ 'ਚ ਔਰ ਕਹਿ ਸਕਦੇ ਕਿ ਅਕਤੂਬਰ ਦੇ ਵਿੱਚ ਕਿਉਂਕਿ ਲਾਸਟ ਹੈਗਾ ਇਹ ਔਰ ਸਾਰੀ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਇਹਦੇ ਵਿੱਚ ਹੁਣ ਲੋਕਾਂ ਨੂੰ ਵੀ ਰਾਹਤ ਜਿਹੜੀ ਹੈ ਗਰਮੀ ਤੋਂ ਮਿਲਣ ਵਾਲੀ ਹੈ ਔਰ ਇਹਦੇ ਵਿੱਚ ਕਈ ਚੀਜ਼ਾਂ ਦਾ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅੱਜ ਦਾ ਪੂਰਾ ਦਿਨ ਇਹ ਇਸੇ ਤਰ੍ਹਾਂ ਰਹਿਣ ਵਾਲਾ ਹੈ, ਯਾਨੀ ਕਿ ਇਸੇ ਤਰ੍ਹਾਂ ਮੌਸਮ ਸੁਹਾਵਣਾ ਰਹਿਣ ਵਾਲਾ, ਇਸੇ ਤਰ੍ਹਾਂ ਬਰਸਾਤ ਜਿਹੜੀ ਹੈ ਉਹ ਰਹਿਣ ਵਾਲੀ ਹੈ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਕਾਫੀ ਮੌਸਮ ਵਿਭਾਗ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਇਹਦੇ ਵਿੱਚ ਆਉਣ ਵਾਲੇ ਦਿਨਾਂ 'ਚ ਇਸੇ ਤਰ੍ਹਾਂ ਜਿਹੜਾ ਟੈਂਪਰੇਚਰ ਹੈ ਉਹ ਡਾਊਨ ਰਹੇਗਾ। ਹਾਲਾਂਕਿ ਪੰਜਾਬ ਦੇ ਕਈ ਸਾਊਥਰਨ ਪਾਰਟਸ ਨੇ ਜਿਹੜੇ ਸਦਰਨ ਪਾਰਟਸ ਨੇ ਉਹਦੇ ਵਿੱਚ ਵੀ ਤੇਜ਼ ਬਰਸਾਤ ਦੀ ਗੱਲ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ ਔਰ ਹਰਿਆਣਾ ਦੇ ਵੀ ਸਦਰਨ ਪਾਰਟਸ ਨੇ ਉੱਥੇ ਵੀ ਜਿਹੜਾ ਤੇਜ਼ ਬਰਸਾਤ ਦੀ ਗੱਲ ਕੀਤੀ ਗਈ ਹੈ ਔਰ ਆਉਣ ਵਾਲੇ ਦਿਨਾਂ 'ਚ ਪੰਜਾਬ ਤੇ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਟੈਂਪਰੇਚਰ ਡਾਊਨ ਹੋਏਗਾ ਜਿਸ ਕਰਕੇ ਮੌਸਮ ਕਾਫੀ ਸੁਹਾਵਣਾ ਰਹਿਣ ਵਾਲਾ। ਤਾਂ ਕਹਿ ਸਕਦੇ ਕਿ ਅੱਜ ਪੂਰਾ ਦਿਨ ਇਸੇ ਤਰ੍ਹਾਂ ਬਰਸਾਤ ਰਹਿਣ ਵਾਲੀ ਹੈ ਔਰ ਮੌਸਮ ਇਸੇ ਤਰ੍ਹਾਂ ਕਿਉਂਕਿ ਦੇਖੋ ਸਵੇਰੇ 9 ਵਜੇ ਦਾ ਸਮਾਂ ਹੈ ਲੇਕਿਨ ਬਿਲਕੁਲ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਕਾਫੀ ਜਿਹੜੀ ਹੈਗੀ ਹੈ ਉਹ ਹਨੇਰੀ ਛਾਈ ਹੋਈ ਹੈ ਔਰ ਅੱਜ ਦਾ ਪੂਰਾ ਦਿਨ ਅਸੀਂ ਕਹਿ ਸਕਦੇ ਹਾਂ ਕਿ ਮੌਸਮ ਸੁਹਾਵਣੇ ਦੇ ਨਾਲ ਨਾਲ ਤੇਜ਼ ਬਰਸਾਤ ਵੀ ਹੋਏਗੀ, ਵਿੱਚ ਵਿੱਚ ਜਿਹੜੀ ਹੈ ਰੁੱਕ ਰੁੱਕ ਕੇ ਬਰਸਾਤ ਹੋਏਗੀ ਔਰ ਇਸੇ ਤਰ੍ਹਾਂ ਅੱਜ ਪੂਰਾ ਦਿਨ ਰਹਿਣ ਵਾਲਾ ਔਰ ਖਾਸ ਤੌਰ 'ਤੇ ਚੰਡੀਗੜ੍ਹ ਦੇ ਵਿੱਚ ਇਸੇ ਤਰ੍ਹਾਂ ਦਾ ਬਰਸਾਤ ਦਾ ਔਰ ਸੁਹਾਵਣਾ ਮੌਸਮ ਰਹਿਣ ਵਾਲਾ ਔਰ ਨਾਲ ਦੇ ਨਾਲ ਪੰਜਾਬ ਅਤੇ ਹਰਿਆਣਾ ਦੇ ਸਦਰਨ ਪਾਰਟ ਦੇ ਵਿੱਚ ਇਸੇ ਤਰ੍ਹਾਂ ਦਾ ਮੌਸਮ ਰਹਿਣ ਵਾਲਾ। ਤਾਂ ਕਹਿ ਸਕਦੇ ਹਾਂ ਕਿ ਕੁਛ ਨਾ ਕੁਛ ਰਾਹਤ ਜ਼ਰੂਰ ਮਿਲੀ ਹੈ ਲੋਕਾਂ ਨੂੰ ਜਿਹੜਾ ਪਿਛਲੇ ਦਿਨਾਂ ਗਰਮੀ ਤੋਂ ਲਗਾਤਾਰ ਜਿਹੜਾ ਏਸੀ ਦੁਬਾਰਾ ਤੋਂ ਖੁੱਲ੍ਹ ਗਏ ਸੀ, ਯਾਨੀ ਕਹਿ ਸਕਦੇ ਕਿ ਏਅਰ ਕੰਡੀਸ਼ਨ ਜਿਹੜਾ ਦੁਬਾਰਾ ਲੋਕਾਂ ਨੇ ਖੋਲ੍ਹੇ ਸੀਗੇ ਲੇਕਿਨ ਹੁਣ ਗਰਮੀ ਤੋਂ ਰਾਹਤ ਜ਼ਰੂਰ ਮਿਲੇਗੀ ਔਰ ਇਸੇ ਤਰ੍ਹਾਂ ਟੈਂਪਰੇਚਰ ਕਿਉਂਕਿ ਤੇਜ਼ ਬਰਸਾਤ ਹੋਏਗੀ ਇਸ ਕਰਕੇ। ਹਾਲਾਂਕਿ ਵਾਟਰ ਲੌਗਿੰਗ ਦੀ ਵੀ ਦਿੱਕਤਾਂ ਜਿਹੜੀ ਹੈ ਜ਼ਰੂਰ ਸਾਹਮਣੇ ਆ ਰਹੀ ਹੈ, ਉਹਦੀ ਵੀ ਤਸਵੀਰਾਂ ਥੋੜ੍ਹੀ ਦੇਰ ਤੱਕ ਤੁਹਾਨੂੰ ਦਿਖਾਵਾਂਗੇ ਕਿਉਂਕਿ ਲਗਾਤਾਰ ਜਿਹੜਾ ਤੇਜ਼ ਮੀਂਹ ਪੈਂਦਾ ਹੈ, ਤੇਜ਼ ਬਰਸਾਤ ਹੁੰਦੀ ਹੈ ਤਾਂ ਪ੍ਰਸ਼ਾਸਨ ਦੇ ਦਾਅਵੇ ਜ਼ਰੂਰ ਸਾਹਮਣੇ ਆਉਂਦੇ ਨੇ ਜਦੋਂ ਲਗਾਤਾਰ ਦਾਅਵੇ ਕੀਤੇ ਜਾਂਦੇ ਨੇ ਕਿ ਸੀਵਰੇਜ ਪਾਈਪ ਲਾਈਨਸ ਜਾਂ ਫਿਰ ਵਾਟਰ ਲੌਕਿੰਗ ਦੀ ਸਮੱਸਿਆ ਨੂੰ ਲੈ ਕੇ ਅਸੀਂ ਕੰਮ ਕੀਤਾ ਲੇਕਿਨ ਵਾਟਰ ਲੌਗਿੰਗ ਦੀ ਦਿੱਕਤ ਬਹੁਤ ਜ਼ਿਆਦਾ ਟ੍ਰਾਈ ਸਿਟੀ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਹਾਲਾਂਕਿ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਹੁਣ ਕਈ ਥਾਵਾਂ ਤੇ ਜਿਹੜੀ ਰਿਪੋਰਟ ਆ ਰਹੀ ਹੈ ਕਿ ਵਾਟਰ ਲੌਗਿੰਗ ਦੀ ਜਿਹੜੀ ਦਿੱਕਤ ਹੈ ਉਹ ਜ਼ਰੂਰ ਸਾਹਮਣੇ ਪੈ ਰਹੀ ਹੈ। ਹੁਣ ਤਸਵੀਰਾਂ ਤੁਸੀਂ ਵੇਖੋ ਕਿ ਹੋਰ ਤੇਜ਼ ਮੀਂਹ ਹੋ ਚੁੱਕਿਆ, ਯਾਨੀ ਕਿ ਤੇਜ਼ ਬਰਸਾਤ ਕਰਕੇ ਹੋਰ ਜਿਹੜੀ ਰਫ਼ਤਾਰ ਹੈ ਉਹ ਕਿਤੇ ਨਾ ਕਿਤੇ ਜਿਹੜੀ ਹੈ ਉਹ ਰੁਕੀ ਹੈ। ਹੁਣ ਤਸਵੀਰਾਂ ਇਹ ਚੰਡੀਗੜ੍ਹ ਦੇ ਟ੍ਰਿਬਿਊਨ ਚੌਂਕ ਦੇ ਨੇੜੇ ਦੀ ਇਹ ਤਸਵੀਰਾਂ ਨੇ ਸਰਬਜੋਤ, ਜਿੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੈ, ਤੇਜ਼ ਬਰਸਾਤ ਬਹੁਤ ਜ਼ਿਆਦਾ ਹੈ ਲੇਕਿਨ ਜਿਹੜੀ ਰਫ਼ਤਾਰ ਹੈ ਉਹ ਜ਼ਰੂਰ ਥੰਮੀ ਹੈ ਕਿਉਂਕਿ ਲਗਾਤਾਰ ਬਰਸਾਤ ਸਵੇਰ ਤੋਂ ਹੀ ਜ਼ਿਆਦਾ ਵੇਖਣ ਨੂੰ ਮਿਲ ਰਹੀ ਹੈ ਔਰ ਪੂਰਾ ਦਿਨ ਇਸੇ ਤਰ੍ਹਾਂ ਮੌਸਮ ਰਹਿਣ ਵਾਲਾ ਜਿਹੜੀ ਜਾਣਕਾਰੀ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਹੈ ਔਰ ਆਉਣ ਵਾਲੇ ਸਮੇਂ 'ਚ ਵੀ
ਇਸੇ ਤਰ੍ਹਾਂ ਜਿਹੜਾ ਟੈਂਪਰੇਚਰ ਹੈ ਉਹ ਡਾਊਨ ਜਾਏਗਾ।